ਧੰਨ ਵਾਹਿਗੁਰੂ ਸਾਹਿਬ ਜੀ। ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਪਰਮ ਸਨਮਾਨਯੋਗ ਜੁਗ ਜੁਗ ਅਟਲ ਰਹਿਮਤਾਂ ਦੇ ਸਾਗਰ ਬਖਸ਼ਿਸ਼ਾਂ ਦੇ ਭੰਡਾਰ ਵਾਲੀਏ ਕੁਲ ਆਲਮ ਸਤਿਗੁਰੂ ਮੁਜੱਸਮਾਏ ਆਬੇ ਹਯਾਤ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਦਿਨ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਵਡਭਾਗੇ ਹਾਂ ਜਿਨ੍ਹਾਂ ਨੂੰ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਇਹ ਵਡਮੁੱਲਾ ਸਮਾਂ ਪ੍ਰਾਪਤ ਹੋਇਆ। ਦਾਸ ਤੋਂ ਪਹਿਲਾਂ ਆਪ ਜੀ ਨੇ ਗੁਰੂ ਗਿਆਨ ਦੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਸ਼ਬਦ ਕੀਰਤਨ ਸ਼੍ਰਵਣ ਕੀਤੇ ਨੇ। ਉਪਰੰਤ ਸਤਿਕਾਰਯੋਗ ਗਿਆਨੀ ਸ਼ਿੰਗਾਰਾ ਸਿੰਘ ਜੀ ਨੇ ਜੋ ਆਪ ਜੀ ਨੂੰ ਦੱਸ ਹੀ ਦਿੱਤਾ ਹੈ ਕਿ ਅੱਜ ਤੀਜੇ ਗੁਰਦੇਵ ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ। ਪਿਛਲੇ ਦਿਨੀ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੇ ਸਰਵਰ ਕੌਨਨ ਗੁਰੂ ਕਰਤਾ ਹਰ ਰਾਏ ਸੱਤਵੇਂ ਗੁਰਦੇਵ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਵੀ ਬਹੁਤ ਸ਼ਰਧਾ ਔਰ ਸ਼ਿੱਦਤ ਭਾਵਨਾ ਦੇ ਸਹਿਤ ਮਨਾਇਆ ਹੈ। ਨਾਲੇ ਸਿੱਖ ਕੌਮ ਨੇ ਪਿਛਲੇ ਦਿਨੀ ਦਿੱਲੀ ਫਤਿਹ ਦਿਵਸ ਵੀ ਮਨਾਇਆ ਹੈ, ਜੋ ਸਰਦਾਰ ਬਘੇਲ ਸਿੰਘ ਦੀ ਅਗਵਾਈ ਦੇ ਵਿੱਚ ਦਿੱਲੀ ਨੂੰ ਫਤਿਹ ਕਰਕੇ ਤੇ ਲਾਲ ਕਿਲੇ ਦੇ ਉੱਪਰ ਖਾਲਸਾਈ ਨਿਸ਼ਾਨ ਉਹਨਾਂ ਚੁਲਾ ਦਿੱਤਾ। ਇਹਨਾਂ ਦਿਹਾੜਿਆਂ ਦੇ ਸੰਬੰਧ ਦੇ ਵਿੱਚ ਆਪਾਂ ਵਿਚਾਰ ਕਰਨੀ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪਣੇ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਦੇ ਲਈ ਸਰਬੱਤ ਸੰਗਤ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਅੱਗੜ ਪਿਛੜ ਨਹੀਂ, ਮਿਲਤ ਦੇ ਨਾਲ ਪੂਰੇ ਇੱਕੇ ਵਾਰ ਕਹਿਣ ਤੇ ਬਖਸ਼ੋ ਅਸੀਸ ਤੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਗੁਰੂ ਅਮਰਦਾਸ ਸਾਹਿਬ ਜੀ ਦਾ ਜਨਮ ਬਾਸਰਕੇ ਦੀ ਧਰਤੀ ਤੇ 1479 ਈਸਵੀ ਦੇ ਵਿੱਚ ਹੁੰਦਾ ਹੈ। ਉਹ ਆਪਣੀ ਜ਼ਿੰਦਗੀ ਦੇ ਅੰਦਰ ਜਿਹੜਾ ਪਿਤਾ ਪੁਰਖੀ ਕਰਮ ਸੀ ਉਹ ਕਰਦੇ ਰਹੇ, ਜਿਸ ਤਰ੍ਹਾਂ ਕਿ ਦੇਵੀ ਦੇਵਤਿਆਂ ਦੀ ਪੂਜਾ ਕਰਨੀ, ਦੇਵੀ ਦੇ ਇਸ਼ਨਾਨ ਤੇ ਵੀ ਜਾਣਾ, ਔਰ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਲਗਭਗ ਉਹ 22 ਸਾਲ ਲਗਾਤਾਰ ਜਾਂਦੇ ਰਹੇ। 22 ਸਾਲ 24 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ। ਘਰ ਵਿੱਚ ਉਹਨਾਂ ਦੇ 4 ਬੱਚੇ ਪੈਦਾ ਹੋਏ, 2 ਬੱਚੀਆਂ, ਧੀਆਂ 2 ਤੇ 2 ਪੁੱਤਰ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ, ਇਹ ਧੀਆਂ ਸਨ। ਜਦੋਂ ਅਸੀਂ ਆਪਣਾ ਇਤਿਹਾਸ ਪੜਾਂਗੇ ਨਾ, ਇੱਕ ਨੁਕਤੇ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਹੈ ਸੱਚੇ ਪਾਤਸ਼ਾਹ ਦਾ, ਉਹ 1469 ਚ ਹੁੰਦਾ ਹੈ। 1469 ਤੋਂ ਲੈ ਕੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਜੀਵਨ ਕਾਲ ਹੈ ਉਹ ਗੁਰੂ ਸਵਾਰੇ ਜਦੋਂ ਅਸੀਂ ਪੜਾਂਗੇ ਸਾਨੂੰ ਪਤਾ ਲੱਗੇਗਾ ਵੀ 1539 ਤੱਕ ਹੈ, ਤੇ 1469 ਤੋਂ ਲੈ ਕੇ 1539 ਤੱਕ 4 ਗੁਰੂ ਸਾਹਿਬਾਨ ਸਰੀਰਕ ਹਯਾਤੀ ਦੇ ਵਿੱਚ ਮੌਜੂਦ ਨੇ, ਕਿਉਂਕਿ 1479 ਦੇ ਵਿੱਚ ਤੀਜੇ ਪਾਤਸ਼ਾਹ ਦਾ ਜਨਮ ਹੁੰਦਾ, ਉਹ ਵੀ ਨੇ। ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਵੀ ਉਸ ਵਕਤ ਸਰੀਰਕ ਹਯਾਤੀ ਚ ਨੇ, ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਵੀ ਸਰੀਰਕ ਹਯਾਤੀ ਚ ਨੇ।
ਜਿਹੜਾ ਸਾਡਾ ਸੰਬੰਧ ਹੈ ਨਾ ਸਿੱਖ ਦਾ ਗੁਰੂ ਦੇ ਨਾਲ, ਉਹ ਗੁਰੂ ਬਣਨ ਤੇ ਸਿੱਖ ਦਾ ਸੰਬੰਧ ਗੁਰੂ ਦੇ ਨਾਲ ਬਣਦਾ। ਵੈਸੇ ਉਹ ਸਿੱਖ ਹੀ ਨੇ ਗੁਰੂ ਦਰਬਾਰ ਵਿੱਚ। ਅਸੀਂ ਇਤਿਹਾਸ ਪੜ੍ਹਦੇ ਹਾਂ, ਅਸੀਂ ਕਹਿੰਦੇ ਹਾਂ ਭਾਈ ਲਹਿਣਾ ਜੀ, ਗੁਰੂ ਬਣਨ ਤੋਂ ਪਹਿਲਾਂ ਉਹ ਭਾਈ ਨੇ, ਪਰ ਜਿੱਦਣ ਗੁਰਤਾ ਗੱਦੀ ਮਿਲ ਜਾਂਦੀ ਹੈ ਨਾ, ਉਸ ਦਿਨ ਤੋਂ ਸਾਡੇ ਗੁਰੂ ਨੇ। ਅੱਜ ਦੇ ਦਿਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ 1552 ਦੇ ਵਿੱਚ, ਔਰ ਉਹਦੇ ਤੋਂ ਪਹਿਲਾਂ ਘਟਨਾ ਕੀ ਵਾਪਰਦੀ ਹੈ। ਇਤਿਹਾਸਕਾਰਾਂ ਲਿਖਿਆ ਵੀ ਉਹ ਦੇਵੀ ਦੇ ਦਰਸ਼ਨਾਂ ਤੇ ਜਾਂਦੇ ਸਨ, ਇੱਕ ਵਾਰ ਵਾਪਸੀ ਤੇ ਆ ਰਹੇ ਨੇ ਤੇ ਉਹਨਾਂ ਦਾ ਮਿਲਾਪ ਇੱਕ ਬ੍ਰਾਹਮਣ ਨਾਲ ਹੋਇਆ, ਸਾਧੂ ਨਾਲ ਹੋਇਆ, ਔਰ ਆਪਸੀ ਗੱਲਾਂ ਬਾਤਾਂ ਚੱਲਣੀਆਂ, ਵਿਚਾਰ ਵਟਾਂਦਰਾ ਹੋਣਾ। ਤੇ ਸੁਭਾਵਕ ਹੈ ਕਿ ਜਦੋਂ ਲੰਮੇ ਪੈਂਡੇ ਤੋਂ ਤੁਰ ਕੇ ਆ ਰਹੇ ਨੇ, ਵਾਪਸੀ ਆਪਣੇ ਵਤਨ ਨੂੰ ਪਰਤ ਰਹੇ ਨੇ, ਪਿੰਡ ਨੂੰ ਆ ਰਹੇ ਨੇ, ਤੇ ਉਹ ਜਦੋਂ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹੋਣਗੇ ਤੇ ਏਡੀ ਸਾਂਝ ਬਣ ਗਈ ਵੀ ਕੋਈ ਗੱਲ ਨੀ, ਇਕੱਠਾ ਹੀ ਬਣਾ ਲੈਂਦੇ ਹਾਂ। ਇੱਕ ਦਿਨ ਭੋਜਨ ਤਿਆਰ ਹੋਇਆ ਤੇ ਛਕਣ ਲੱਗੇ, ਜਿਹੜਾ ਨਾਲ ਦਾ ਸੀ ਸਾਥੀ ਉਹਨੇ ਪੁੱਛਿਆ, ਜੀ ਤੁਹਾਡਾ ਗੁਰੂ ਕੌਣ ਹੈ? ਕਹਿੰਦੇ ਗੁਰੂ ਤੇ ਅਜੇ ਧਾਰਨ ਹੀ ਨਹੀਂ ਕੀਤਾ। ਉਹਨੇ ਆਖਿਆ, ਤੁਸੀਂ ਨਗੁਰੇ ਹੋ, ਗੁਰੂ ਧਾਰਨ ਨਹੀਂ ਕੀਤਾ, ਮੇਰੇ ਤੇ ਧਰਮ ਦੇ ਸਾਰੇ ਕਰਮ ਮੈਂ ਸਮਝਦਾ ਭ੍ਰਿਸ਼ਟ ਹੋ ਚੁੱਕੇ ਨੇ, ਮੈਂ ਇੱਕ ਨਗੁਰੇ ਦੇ ਹੱਥੋਂ ਪ੍ਰਸ਼ਾਦਾ ਛਕਦਾ ਰਿਹਾ। ਇਹ ਉਹਨੇ ਹੀ ਨਹੀਂ ਆਖਿਆ, ਇਹ ਮਹਾਰਾਜ ਦੀ ਬਾਣੀ ਨੇ ਵੀ ਆਖਿਆ ਹੈ, ਸਤਿਗੁਰ ਜੇਵਡ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਮ ਬੁਰਾ। ਸਤਿਗੁਰੂ ਵਰਗਾ ਕੋਈ ਗੁਰੂ ਨਹੀਂ, ਤੇ ਨਗੁਰੇ ਬੰਦੇ ਦਾ ਮਹਾਰਾਜ ਕਹਿੰਦੇ ਨਾਂ ਲੈਣਾ ਵੀ ਬੁਰਾ ਹੈ ਜਿਹਦਾ ਗੁਰੂ ਨਹੀਂ ਕੋਈ। ਹੁਣ ਇੱਕ ਕਹੀ ਹੋਈ ਗੱਲ ਉਹ ਜੀਵਨ ਅੰਦਰ ਪਲਟਾ ਲੈ ਆਈ। ਅਸਲ ਚ ਪਲਟਾ ਪਤਾ ਕਦੋਂ ਆਇਆ? ਤੜਫ ਤੇ ਪੈਦਾ ਹੋਈ ਵੀ ਗੁਰੂ ਧਾਰਨ ਕਰਨਾ ਚਾਹੀਦਾ, ਘਰ ਆ ਰਿਹਾ, ਇੱਛਾ ਸੀ। ਘਰ ਵਿੱਚ ਸ਼ਰੀਕੇ ਚੋਂ ਨੌਂ ਲੱਗਦੀ ਹੈ ਬੀਬੀ ਅਮਰੋ, ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੀ ਬੱਚੇ ਧੀ। ਉਹ ਸਵੇਰੇ ਸਵੇਰੇ ਨਾਲੇ ਦੁੱਧ ਰਿੜਕ ਰਹੀ ਹੈ ਤੇ ਨਾਲੇ ਉਹ ਆਪਣੀ ਜ਼ੁਬਾਨੋਂ ਇੱਕ ਬਚਨ ਪੜ੍ਹ ਰਹੀ ਹੈ। ਗੁਰੂ ਨਾਨਕ ਸਾਹਿਬ ਦਾ ਸ਼ਬਦ ਸੀ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ। ਇਹਦੀਆਂ ਅਖੀਰਲੀਆਂ ਪੰਕਤੀਆਂ ਸਨ, ਕਾਇਆ ਆਰਨ, ਵੀ ਮੰਨ ਲਓ ਵੀ ਆਹ ਜਿਹੜਾ ਸਾਡਾ ਤੁਹਾਡਾ ਸਰੀਰ ਹੈ ਨਾ, ਇਹ ਇੱਕ ਭੱਠੀ ਵਰਗਾ ਹੈ। ਕਾਇਆ ਆਰਨ ਔਰ ਮਨ ਵਿੱਚ ਲੋਹਾ, ਇਸ ਸਰੀਰ ਰੂਪੀ ਭੱਠੀ ਦੇ ਵਿੱਚ ਮਨ ਲੋਹਾ ਪਿਆ ਹੈ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕਾਮ ਕ੍ਰੋਧ ਲੋਹ ਮੋਹੰਕਾਰ ਦੀ ਅੱਗ ਲੱਗੀ ਹੈ, ਔਰ ਕੋਇਲੇ ਪਾਪ ਪੜੇ ਤਿਸੇ ਉੱਪਰ। ਇਸ ਸਰੀਰ ਰੂਪੀ ਭੱਠੀ ਦੇ ਵਿੱਚ ਪੰਜਾਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ, ਮਨ ਰੂਪੀ ਲੋਹਾ ਸੜ ਰਿਹਾ, ਪੰਚ ਅਗਨ ਤੇ ਤਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ। ਮਨ ਜਲਿਆ, ਮਨ ਸੜਦਾ, ਸੰਨੀ ਚਿੰਤ ਪਈ, ਤੇ ਚਿੰਤਾ ਦੀ ਸੰਨੀ, ਸੰਨੀ ਕਿਹਾ ਜਾਂਦਾ ਇੱਕ ਪਲਾਸ ਨੁਮਾ ਔਜਾਰ ਹੁੰਦਾ ਜਿਹਨੂੰ ਲੁਹਾਰ ਫੜ ਕੇ ਉਹਦੇ ਸੰਬੰਧ ਦੇ ਨਾਲ ਲੋਹੇ ਨੂੰ ਸੱਜੇ ਤੇ ਖੱਬੇ ਇਸ ਕਦਰ ਉਹ ਭੱਠੀ ਦੇ ਵਿੱਚ ਸੇਕਦਾ ਚੰਗੀ ਤਰ੍ਹਾਂ, ਤਾ ਦਿੰਦਾ। ਕਹਿੰਦੇ ਚਿੰਤਾ ਦੀ ਸੰਨੀ ਹੈ ਉਹ, ਮਨ ਨੂੰ ਪੁੱਠਾ ਸਿੱਧਾ ਕਰਕੇ ਸਾੜ ਰਹੀ ਹੈ ਔਰ ਮਨ ਸੜਦਾ। ਪਰ ਭਇਆ ਮਨੂਰ ਕੰਚਨ ਫਿਰ ਹੋਵੇ, ਮਨੂਰ ਕਹਿੰਦੇ ਨੇ ਜੰਗਾਲਿਆ ਲੋਹਾ, ਕਹਿੰਦੇ ਜੰਗਾਲਿਆ ਲੋਹਾ ਵੀ ਸੋਨਾ ਬਣ ਜਾਂਦਾ ਜੇ ਪਾਰਸ ਨਾਲ ਟੱਚ ਹੋ ਜਾਵੇ। ਮੰਨਿਆ ਜਾਂਦਾ ਹੈ ਵੀ 8 ਪ੍ਰਕਾਰ ਦੀਆਂ ਧਾਤਾਂ ਨੂੰ ਪਾਰਸ ਸੋਨੇ ਵਿੱਚ ਕਨਵਰਟ ਕਰ ਦਿੰਦਾ। ਮੈਨੂੰ ਡਾਢਾ ਚੇਤਾ ਹੈ ਜਦੋਂ ਮੈਂ ਪੜ੍ਹਦਾ ਸੀ ਤੇ 8ਵੀਂ ਕਲਾਸ ਦੇ ਵਿੱਚ ਇੱਕ ਲੈਸਨ ਸੀ ਇੰਗਲਿਸ਼ ਦਾ, ਪਾਰਸ ਇਜ਼ ਏ ਵੰਡਰ ਸਟੋਨ। ਉਹਦੇ ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਸੀ, ਪਾਰਸ ਇਜ਼ ਏ ਵੰਡਰ ਸਟੋਨ। ਉਹਦਾ ਭਾਵ ਸੀ ਵੀ ਪਾਰਸ ਇੱਕ ਅਦਭੁਤ ਪੁੱਥਰ ਹੈ ਜਿਹੜਾ ਲੋਹੇ ਨੂੰ ਸੋਨੇ ਚ ਤਬਦੀਲ ਕਰ ਦਿੰਦਾ। ਮਹਾਰਾਜ ਕਹਿੰਦੇ ਬਾਣੀ ਵਿੱਚ
ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਕ੍ਰਿਸਤ ਸਦੇਹਾ। ਜਦੋਂ ਇਹ ਸ਼ਬਦ ਕੰਨੀ ਪਏ ਨਾ ਬਾਬਾ ਅਮਰਦਾਸ ਜੀ ਦੇ, ਉਹਨਾਂ ਨੌ ਤੋਂ ਪੁੱਛਿਆ ਧੀ ਰਾਣੀਏ ਨੌ ਨੂੰ ਪੁੱਛਿਆ ਇੱਕ ਕਿਹਦੀ ਰਚਨਾ ਪੜ ਰਹੀ ਹੈ, ਉਹਨੇ ਦੱਸਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਪਾਵਨ ਸ਼ਬਦ ਹੈ। ਸ਼ੁਰੂਆਤ ਸੀ ਇਹਦੀ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੇ ਲੇਖ ਪਏ, ਅਖੀਰਲੀਆਂ ਪੰਕਤੀਆਂ ਸਨ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤਲਾਗ ਰਹੀ ਕੋਇਲੇ ਪਾਪ ਪੜੇ ਤਿਸੀ ਉੱਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟ ਦੇਹਾ। ਨੌ ਤੋਂ ਪੁੱਛਿਆ, ਨੌ ਨੇ ਦੱਸਿਆ ਬਾਪੂ ਜੀ ਇਹ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਇੱਥੋਂ ਸੇਧ ਪਤਾ ਕੀ ਮਿਲਦੀ ਹੈ, ਸਾਡੇ ਘਰਾਂ ਦੇ ਵਿੱਚ ਨੋਵਾਂ ਹੋਣ ਤੇ ਬੀਬੀ ਅਮਰੋ ਵਰਗੀਆਂ ਜਿਹਦੇ ਚ ਤਾਕਤ ਹੋਵੇ ਇਹ ਵੀ ਇੱਕ 62 ਸਾਲਾਂ ਦੇ ਬਾਪੂ ਦੀ ਸਹੁਰੇ ਦੀ ਜ਼ਿੰਦਗੀ ਬਦਲ ਸਕੇ ਨੋ। ਪਰ ਸਾਡੀਆਂ ਭੈਣਾਂ ਨੂੰ ਤੇ ਅੱਜ ਵਿਚਾਰੀਆਂ ਟੀਵੀ ਸੀਰੀਅਲਾਂ ਤੋਂ ਵਿਹਲ ਨਹੀਂ, ਸਮਾਂ ਨਹੀਂ ਹੈ ਉਹਨਾਂ ਕੋਲ, ਉਹਨਾਂ ਵੱਡਿਆਂ ਦਾ ਜੀਵਨ ਤੇ ਕੀ ਬਦਲਣਾ, ਉਹ ਆਪਣੇ ਬੱਚਿਆਂ ਨੂੰ ਚੰਗੀ ਸੇਧ ਨਹੀਂ ਦੇ ਸਕਦੇ। ਬੜੇ ਦੁੱਖ ਦੀ ਗੱਲ ਹੈ। ਔਰ ਇਹ ਇਤਿਹਾਸ ਸੇਧ ਲੈਣ ਵਾਸਤੇ ਇੱਕ ਨੌ ਨੇ ਸਹੁਰੇ ਦਾ ਜੀਵਨ ਬਦਲ ਕੇ ਰੱਖ ਦਿੱਤਾ 62 ਸਾਲਾਂ ਦੀ ਉਮਰ, ਔਰ ਸਮੇਤ ਉਹਦੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਆਏ। ਜਿੱਥੇ ਗੁਰੂ ਦਰਬਾਰ ਵਿੱਚ ਆਏ ਉੱਥੇ ਗੁਰਬਾਣੀ ਨੂੰ ਪੜ੍ਹਿਆ ਵਿਚਾਰਿਆ ਸਮਝਿਆ ਸੇਵਾ ਕੀਤੀ, ਔਰ ਸੇਵਾ ਤੇ ਸਿਮਰਨ ਸਿੱਖ ਪੰਥ ਅੰਦਰ ਦੋ ਥੰਮ ਨੇ ਔਰ ਦੋਵੇਂ ਬਰਾਬਰ, ਨਾ ਤੇ ਇਕੱਲੀ ਤੁਹਾਡੀ ਸੇਵਾ ਜੇ ਇਕੱਲੀ ਕਰ ਰਹੇ ਹੋ ਸਿਮਰਨ ਨਹੀਂ, ਤੇ ਸੇਵਾ ਤੋਂ ਬਿਨਾਂ ਸਿਮਰਨ ਵੀ ਕਿਸੇ ਕੰਮ ਨਾ, ਤੇ ਸਿਮਰਨ ਤੋਂ ਬਿਨਾਂ ਸੇਵਾ ਵੀ ਅਧੂਰੀ। ਇਹ ਦੋ ਥੰਮ ਨੇ ਜਿਹੜੇ ਬਰਾਬਰ ਚਾਹੀਦੇ, ਜਿੱਥੇ ਸੇਵਾ ਕੀਤੀ ਉੱਥੇ ਨਾਲ ਸਿਮਰਨ ਵੀ ਕੀਤਾ। 11 ਸਾਲ ਲਗਾਤਾਰ ਗੁਰੂ ਦਰਬਾਰ ਵਿੱਚ ਸੇਵਾ ਕੀਤੀ, ਗੁਰੂ ਸਵਾਰਿਓ 11 ਸਾਲ ਸੇਵਾ, 62 ਸਾਲਾਂ ਦੀ ਉਮਰ ਚ ਆਏ, 11 ਸਾਲ ਸੇਵਾ ਕਰਦਿਆਂ 73 ਸਾਲ ਲਗਾਤਾਰ ਹੋ ਗਏ। ਔਰ ਇੱਕ ਦਿਨ ਨਾ ਪਾਣੀ ਦੀ ਗਾਗਰ ਲੈ ਕੇ, ਬਜ਼ੁਰਗ ਸਨ ਤੇ ਪਾਣੀ ਦੀ ਗਾਗਰ ਲੈ ਕੇ ਤੇ ਉਹ ਆ ਰਹੇ ਸਨ, ਜਦੋਂ ਪਹੁੰਚੇ ਜੁਲਾਹਿਆਂ ਦੇ ਘਰ ਦੇ ਸਾਹਮਣੇ, ਉਹਨਾਂ ਦੀ ਖੱਡੀ ਸੀ ਤਾਣਾ ਬੁਣਨ ਵਾਲੀ, ਉਹਦੀ ਕਿੱਲੀ ਦੇ ਨਾਲ ਠੋਕਰ ਲੱਗੀ ਤੇ ਡਿੱਗ ਪਏ, ਸਰੀਰ ਬਜ਼ੁਰਗ ਸੀ। ਗੁਰੂ ਅੰਗਦ ਸਾਹਿਬ ਨੂੰ ਜਾ ਕੇ ਆਖਿਆ ਮਹਾਰਾਜ ਅੱਜ ਮੈਂ ਆ ਰਿਹਾ ਸਾਂ ਤੇ ਠੁੱਡਾ ਲੱਗ ਕੇ ਡਿੱਗ ਗਿਆ। ਮਹਾਰਾਜ ਨੇ ਗੱਲ ਬੜੀ ਕਮਾਲ ਦੀ ਆਖੀ, ਕਹਿੰਦੇ ਮੈਂ ਤੇ ਕਦੋਂ ਦਾ ਵੇਖਦਾ ਸਾਂ ਅਮਰਦਾਸ ਤੂੰ ਡਿੱਗੇ ਤੇ ਤੈਨੂੰ ਮੈਂ ਚੁੱਕ ਕੇ ਗੁਰੂ ਨਾਨਕ ਸਾਹਿਬ ਦੇ ਤਖ਼ਤ ਤੇ ਬਿਠਾ ਦਿਆਂ। 1552 ਈਸਵੀ ਦੇ ਵਿੱਚ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦਾ ਤਖ਼ਤ ਮਿਲ ਗਿਆ। ਇਹਨਾਂ ਮਹਾਰਾਜ ਦੀ ਬਾਣੀ ਚ ਰਾਮਕਲੀ ਰਾਗ ਦੇ ਵਿੱਚ ਇੱਕ ਬੜੀ ਪ੍ਰੀਤਕਾਰ ਪੰਕਤੀ ਹੈ, ਬਾਬਾ ਸੱਤਾ ਜੀ ਤੇ ਬਲਵੰਡ ਜੀ ਦੀ, ਉਹਨਾਂ ਨੇ ਪਹਿਲੀਆਂ 5 ਪਾਤਸ਼ਾਹੀਆਂ ਦੀ ਉਸਤਤ ਕੀਤੀ ਹੈ ਆਪਣੀ ਰਾਮਕਲੀ ਕੀ ਵਾਰ ਦੇ ਵਿੱਚ। ਉਹ ਕਹਿੰਦੇ ਪਿਓ ਦਾਦੇ ਜੇ ਵਿਹਾ ਪੋਤਰਾ ਪ੍ਰਵਾਨ, ਕਹਿੰਦੇ ਪਿਓ ਵਰਗਾ ਤੇ ਦਾਦੇ ਵਰਗਾ ਪੋਤਾ ਪ੍ਰਵਾਨ ਹੋ ਗਿਆ ਗੁਰੂ ਸਾਹਿਬ ਦੇ ਘਰ ਵਿੱਚ। ਪੋਤਰਾ ਕਿਵੇਂ? ਕਹਿੰਦੇ ਪਿਓ ਗੁਰੂ ਅੰਗਦ ਸਾਹਿਬ, ਦਾਦਾ ਗੁਰੂ ਨਾਨਕ ਸਾਹਿਬ, ਦਾਦਾ ਗੁਰੂ ਨਾਨਕ ਸਾਹਿਬ, ਪਿਓ ਗੁਰੂ ਅੰਗਦ ਸਾਹਿਬ, ਪਿਓ ਵਰਗਾ ਤੇ ਦਾਦੇ ਵਰਗਾ ਪੋਤਰਾ ਪ੍ਰਵਾਨ ਹੋ ਗਿਆ। ਫਿਰ ਭਾਵ ਕੀ? ਗੁਰੂ ਅਮਰਦਾਸ ਸਾਹਿਬ ਉਹਨਾਂ ਦੀ ਉਮਰ ਹੈ ਜਿਹੜੀ ਉਹ ਵੱਧ ਹੈ ਗੁਰੂ ਨਾਨਕ ਸਾਹਿਬ ਤੋਂ ਵੀ, ਗੁਰੂ ਸਵਾਰਿਓ ਵੱਧ ਹੈ ਉਮਰ ਉਹਨਾਂ ਦੀ ਆਪਣਾ ਗੁਰੂ ਅੰਗਦ ਸਾਹਿਬ ਤੋਂ ਵੀ। ਪਰ ਅਸੀਂ ਕਈ ਵਾਰੀ ਕਹਿੰਦੇ ਹਾਂ ਨਾ ਬਜ਼ੁਰਗ ਕੋਈ ਧਰਮ ਦੇ ਵੱਲ ਚੱਲ ਪਏ, ਲੋਕ ਕਹਿੰਦੇ ਨੇ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਨਹੀਂ, ਸਿੱਖ ਕੌਮ ਅੰਦਰ ਇਹ ਕਹਾਵਤਾਂ ਨਹੀਂ ਟੁੱਕਦੀਆਂ, ਜਦੋਂ ਮਰਜ਼ੀ ਤੁਸੀਂ ਸਿੱਖੀ ਧਾਰਨ ਕਰ ਸਕਦੇ ਹੋ। ਮਹਾਰਾਜ ਨੇ ਆਖਿਆ ਗੁਰਮੁਖ ਬੁੱਢੇ ਕਦੇ ਨਾਹੀ ਜਿੰਨਾ ਅੰਤਰ ਸੁਰਤ ਗਿਆਨ, ਗੁਰਮੁਖ ਕਦੀ ਬੁੱਢਾ ਨਹੀਂ ਹੋ ਸਕਦਾ ਜਿੰਨਾ ਦੀ ਸੁਰਤ ਦੇ ਵਿੱਚ ਗਿਆਨ ਹੈ, ਜਿੰਨਾ ਦੀ ਸੁਰਤ ਦੇ ਵਿੱਚ ਸੇਵਾ ਹੈ, ਜਿੰਨਾ ਦੀ ਸੁਰਤ ਵਿੱਚ ਸਿਮਰਨ ਹੈ, ਗੁਰੂ ਦੀ ਸ਼ਬਦ ਦੀ ਬਾਣੀ ਦੀ ਪ੍ਰਤੀ ਜਿੰਨਾ ਦੇ ਅੰਦਰ ਭਾਵਨਾ ਹੈ।
ਗੁਰੂ ਸਵਾਰਿਓ ਜਦੋਂ ਤਖ਼ਤ ਤੇ ਬੈਠੇ 1552 ਦੇ ਵਿੱਚ ਗੁਰਤਾ ਗੱਦੀ ਮਿਲੀ ਤੇ ਭੱਟ ਸਾਹਿਬਾਨ ਪਤਾ ਕੀ ਲਿਖਦੇ ਨੇ ਉਹ ਜਦੋਂ ਮਹਾਰਾਜ ਦੇ ਦਰਬਾਰ ਵਿੱਚ ਆਉਂਦੇ ਨੇ ਤੇ ਉਹ ਕਹਿੰਦੇ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਰਹਿਓ ਸੰਤ ਹਉ ਟੋਲ ਸਾਧਵੋ ਤੇਰੇ ਡਿੱਠੇ ਅਸੀਂ ਵੇਖੇ ਤੇ ਬਹੁਤ ਸਨ ਤੇਰਾ ਨਾਮ ਵਰਤਣ ਵਾਲੇ ਤੇਰਾ ਨਾਮ ਵਰਤਣ ਵਰਤ ਕੇ ਲੋਕਾਂ ਨੂੰ ਲੁੱਟਣ ਵਾਲੇ ਭਾਵ ਕਿ ਨਕਲੀ ਬਣੇ ਬੈਠੇ ਗੁਰੂ ਰਹਿਓ ਸੰਤ ਹੋ ਟੋਲ ਅਸੀਂ ਤੇਰੇ ਵਰਗਾ ਸੰਤ ਲੱਭਦੇ ਸਾਂ ਸਾਧਵੋ ਤੇਰੇ ਡਿੱਠੇ ਤੇਰਾ ਨਾਮ ਵਰਤਣ ਵਾਲੇ ਬਹੁਤ ਵੇਖੇ ਸੰਨਿਆਸੀ ਤਪੱਸੀ ਮੁੱਖੋਂ ਇਹ ਪੰਡਿਤ ਮਿੱਠੇ ਗਿਆਨਵਾਨ ਤੇ ਬਹੁਤ ਸਨ ਮੂੰਹ ਤੋਂ ਗਿਆਨ ਦੀਆਂ ਗੱਲਾਂ ਦੱਸਦੇ ਸਨ ਪਰ ਕਿਸੇ ਦਾ ਜੀਵਨ ਤੇ ਰਹਿਤ ਵੇਖ ਕੇ ਸਾਡਾ ਮਨ ਖੁਸ਼ ਨਹੀਂ ਹੋਇਆ ਉਹ ਸਾਨੂੰ ਆਪਣੇ ਪ੍ਰਤੀ ਪ੍ਰਭਾਵਿਤ ਨਹੀਂ ਕਰ ਸਕਿਆ ਕਿਉਂਕਿ ਉਹ ਪਖੰਡੀ ਸਨ ਉਹ ਦੰਭੀ ਸਨ ਰਹੇ ਉਹ ਸੰਤ ਹੋਂ ਟੋਲ ਸਾਧਵੋ ਤੇਰੇ ਡਿੱਠੇ ਸੰਨਿਆਸੀ ਤਪੱਸੀ ਮੁੱਖੋਂ ਇਹ ਪੰਡਿਤ ਮਿੱਠੇ ਬਰਸ ਏਕ ਹੋਂ ਫਿਰਿਓ ਕਿੰਨੇ ਨੇ ਪਰਚੋ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੋ ਗੁਰ ਦਈ ਮਿਲਾਇਓ ਭਿਖਿਆ ਜਿਵ ਤੂੰ ਰੱਖੇ ਤਿਵ ਰਹੋ ਕਹਿੰਦੇ ਹੁਣ ਭਿਖੇ ਨੂੰ ਗੁਰੂ ਮਿਲ ਗਿਆ ਜਿਵੇਂ ਗੁਰੂ ਮੈਨੂੰ ਰੱਖੇਗਾ ਤੇ ਮੈਂ ਗੁਰੂ ਦੀ ਰਜ਼ਾ ਚ ਗੁਰੂ ਦੇ ਭਾਣੇ ਚ ਰਹਾਂਗਾ ਤੇ ਗੁਰੂ ਅਮਰਦਾਸ ਜੀ ਨੇ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਆਨੰਦ ਸਾਹਿਬ ਵਰਗੀਆਂ ਸੰਪੂਰਨ ਬਾਣੀਆਂ ਕੋਈ ਵੀ ਦੀਵਾਨ ਦੀ ਸਿੱਖਾਂ ਦੇ ਘਰਾਂ ਵਿੱਚ ਗੁਰੂ ਘਰਾਂ ਵਿੱਚ ਸਮਾਪਤੀ ਆਨੰਦ ਸਾਹਿਬ ਬਾਣੀ ਪੜ੍ਹ ਕੇ ਹੁੰਦੀ 17 ਰਾਗਾਂ ਵਿੱਚ ਉਹਨਾਂ ਨੇ ਬਾਣੀ ਉਚਾਰਨ ਦੇਣ ਕੀ ਹੈ ਸਾਨੂੰ ਤੀਜੇ ਪਾਤਸ਼ਾਹ ਦੀ ਉਹਨਾਂ ਦੇ ਦਰਬਾਰ ਚ ਨਾ ਬਾਦਸ਼ਾਹ ਆਇਆ ਅਕਬਰ ਕੋਈ ਮਾੜੀ ਮੋਟੀ ਗੱਲ ਨਹੀਂ ਸੀ ਹਿੰਦੁਸਤਾਨ ਦਾ ਬਾਦਸ਼ਾਹ ਤੇ ਜਦੋਂ ਮਹਾਰਾਜ ਦੇ ਦਰਬਾਰ ਚ ਆਉਂਦਾ ਕੋਈ ਉਚੇਚਾ ਲੰਗਰ ਨਹੀਂ ਉਹਦੇ ਵਾਸਤੇ ਕਹਿੰਦੇ ਪੰਗਤ ਚ ਬਹਿ ਕੇ ਲੰਗਰ ਛਕੇ ਇੱਥੇ ਸਾਰੇ ਬਰਾਬਰ ਨੇ ਇਹ ਇਹਦੇ ਤੋਂ ਵੱਡੀ ਦਲੀਲ ਹੋਰ ਕੋਈ ਨਹੀਂ ਹੋ ਸਕਦੀ ਜਿੱਥੇ ਮੇਰੀਆਂ ਭੈਣਾਂ ਬੈਠੀਆਂ ਉੱਥੇ ਭਰਾ ਬੈਠੇ ਨੇ ਸਾਡੀ ਸੰਗਤ ਇੱਕ ਹੈ ਕੋਈ ਵਿਤਕਰਾ ਨਹੀਂ ਸਾਡੀ ਪੰਗਤ ਇੱਕ ਹੈ ਇੱਥੇ ਕੋਈ ਵਿਤਕਰਾ ਨਹੀਂ ਇਹਦੇ ਤੋਂ ਵੱਡੀ ਸਾਂਝੀਵਾਲਤਾ ਦੀ ਦਲੀਲ ਕੀ ਹੋ ਸਕਦੀ ਹੈ ਸਾਡੇ ਸਰੋਵਰ ਇੱਕ ਨੇ ਕੋਈ ਵਿਤਕਰਾ ਨਹੀਂ ਪੰਜ ਕਤਾਰ ਇੱਕ ਨੇ ਕੋਈ ਵਿਤਕਰਾ ਨਹੀਂ ਬਾਣੀਆਂ ਇੱਕ ਨੇ ਪੰਜ ਕੋਈ ਵਿਤਕਰਾ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇੱਥੇ ਕੋਈ ਵਿਤਕਰਾ ਨਹੀਂ ਔਰ ਜਦੋਂ ਅਕਬਰ ਆਉਂਦਾ ਉਹ ਵੇਖ ਕੇ ਗੁਰੂ ਦਰਬਾਰ ਵਿੱਚ ਜਿੱਥੇ ਪੰਗਤ ਚ ਬੈਠ ਕੇ ਉਹ ਲੰਗਰ ਛਕਦਾ ਮਾੜੀ ਮੋਟੀ ਗੱਲ ਨਹੀਂ ਸੀ ਉਹ ਬਾਦਸ਼ਾਹ ਹਿੰਦੁਸਤਾਨ ਦਾ ਜੇ ਅੱਜ ਆ ਜਾਏ ਤੇ ਸਾਨੂੰ ਤੇ ਬਿਠਾਉਣ ਵਾਸਤੇ ਥਾਂ ਨਹੀਂ ਲੱਭਣਾ ਗੁਰਦੁਆਰਿਆਂ ਚ ਮਹਾਰਾਜ ਨੇ ਆਖਿਆ ਨਹੀਂ ਇੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਹੋਂ ਵਰਨਾ ਕੋ ਸਾਂਝਾ ਇੱਥੇ ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ ਕੋਈ ਵਿਤਕਰਾ ਨਹੀਂ ਇੱਥੇ ਤੇ ਸਾਂਝੀਵਾਲਤਾ ਦੀ ਗੱਲ ਕੀਤੀ ਜਾਂਦੀ ਹੈ ਵੀ ਤੂੰ ਸਾਂਝਾ ਸਾਹਿਬ ਬਾਪ ਉਹ ਬੜਾ ਪ੍ਰਭਾਵਿਤ ਹੋਇਆ ਉਹ ਕਹਿੰਦਾ ਜੀ ਮੈਂ ਨਾ ਗੁਰੂ ਦੇ ਲੰਗਰਾਂ ਨੂੰ ਕੁਝ ਦੇਣਾ ਚਾਹੁੰਦਾ ਕਿੰਨੀ ਜ਼ੰਗੀਰ ਲਾ ਦਿਆਂ ਗੁਰੂ ਦੇ ਲੰਗਰਾਂ ਦੇ ਨਾਮ ਇਹਨੇ ਨੂੰ ਨਾ ਮਹਾਰਾਜ ਨੇ ਆਖਿਆ ਨਹੀਂ ਇਹ ਸਾਡੇ ਗੁਰੂ ਦੇ ਲੰਗਰ ਸਿੱਖਾਂ ਦੀ ਦਸਵੰਧ ਦੀ ਮਾਇਆ ਨਾਲ ਚੱਲਦੇ ਨੇ ਇੱਕ ਨੌਜਵਾਨ ਆਇਆ ਉਹਨੇ ਮਹਾਰਾਜ ਅੱਗੇ ਇੱਕ ਟਕਾ ਰੱਖਿਆ ਇਹਨੇ ਨੂੰ ਆ ਕੇ ਕਹਿੰਦਾ ਮਹਾਰਾਜ ਪਿਤਾ ਜੀ ਆ ਨਹੀਂ ਸਕੇ ਕੋਈ ਘਰ ਵਿੱਚ ਰੁਝੇਵੇਂ ਸਨ ਤੇ ਪਿਤਾ ਨੇ ਆ ਦਸਵੰਧ ਦੀ ਮਾਇਆ ਭੇਜੀ ਇੱਕ ਟਕਾ ਵਾਹ ਮਹਾਰਾਜ ਨੇ ਆਖਿਆ ਵੇਖ ਆ ਸਿੱਖਾਂ ਦੀ ਹੱਕ ਸੱਚ ਦੀ ਕਮਾਈ ਦੀ ਦਸਵੰਧ ਦੀ ਭੇਟਾ ਨਾਲ ਸਾਡੇ ਤੇ ਸਿੱਖਾਂ ਨੂੰ ਇਹ ਸਿਧਾਂਤ ਜਿਹੜੇ ਘਾਲ ਖਾਏ ਕਿਸੇ ਹੱਥੋਂ ਦੇ ਮਹਾਰਾਜ ਨੇ ਇਹੀ ਆਖਿਆ ਨਾ ਬਾਣੀ ਅੱਜ ਸਾਨੂੰ ਉਪਦੇਸ਼ ਹੈ ਘਾਲ ਖਾਏ ਕਿਸੇ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਜਿੱਥੇ ਹੱਕ ਸੱਚ ਦੀ ਕਮਾਈ ਕਰਨੀ ਹੈ ਉੱਥੇ ਆਪਣੀ ਕਮਾਈ ਦਾ ਇਮਾਨਦਾਰੀ ਨਾਲ ਦਸਵਾਂ ਹਿੱਸਾ ਦਸਵੰਧ ਲੋੜਵੰਦਾਂ ਦੀ ਮਦਦ ਵਾਸਤੇ ਗੁਰੂ ਦਰਬਾਰ ਵਾਸਤੇ ਖਰਚਣਾ ਹੈ ਮਹਾਰਾਜ ਨੇ ਉੱਥੇ ਪਤਾ ਕੀ ਆਖਿਆ ਸੀ ਕਹਿੰਦੇ ਜੇ ਤੂੰ ਦੇਣਾ ਚਾਹੁੰਦਾ ਹੈ ਤੇ ਔਰਤ ਨੂੰ ਉਹਦਾ ਹੱਕ ਦੇ ਕਹਿੰਦੇ ਮਹਾਰਾਜ ਮੈਂ ਔਰਤ ਦਾ ਕੀ ਹੱਕ ਮਾਰਿਆ ਮਹਾਰਾਜ ਨੇ ਆਖਿਆ ਸੀ ਤੇਰੇ ਦਰਬਾਰ ਦੇ ਅੰਦਰ ਔਰਤ ਨੂੰ ਸਤੀ ਹੋਣਾ ਪੈਂਦਾ ਮੇਰੀ ਉਹ ਭੈਣੋ ਕਦੀ ਤੁਹਾਡੇ ਤੇ ਉਹ ਸਮਾਂ ਆਇਆ ਪਤੀ ਨੇ ਚੜ੍ਹਾਈ ਕਰ ਜਾਣਾ ਤੇ ਜ਼ਬਰਦਸਤੀ ਸਤੀ ਹੋਣਾ ਪੈਂਦਾ ਸੀ ਹੱਕ ਖੋਇਆ ਗਿਆ ਜਿਉਣ ਦਾ ਔਰਤ ਕੋਲੋਂ ਪਤਨੀ ਮਰ ਜਾਵੇ
ਤੇ ਪਤੀ ਭਾਵੇਂ ਚਾਰ ਵਿਆਹ ਕਰਾ ਲਏ ਕੋਈ ਪਾਬੰਦੀ ਨਹੀਂ, ਪਰ ਪਤੀ ਚੜ੍ਹਾਈ ਕਰ ਜਾਏ ਤੇ ਪਤਨੀ ਨੂੰ ਸਤੀ ਹੋਣਾ ਪੈਂਦਾ ਸੀ। ਮਹਾਰਾਜ ਤੀਜੇ ਪਾਤਸ਼ਾਹ ਨੇ ਸਤੀ ਪ੍ਰਥਾ ਬੰਦ ਕਰਵਾ ਦਿੱਤੀ, ਖਤਮ ਕਰਵਾ ਦਿੱਤੀ, ਔਰਤ ਨੂੰ ਬਰਾਬਰ ਦਾ ਹੱਕ ਦਿੱਤਾ ਜਿਉਣ ਦਾ। ਕਦੀ ਉਹ ਸਮਾਂ ਸੀ ਏਡਾ ਜ਼ਾਤਾਂ ਪਾਤਾਂ ਦਾ ਵਖਰੇਵਾਂ, ਉੱਚੀ ਜ਼ਾਤ ਵਾਲੇ ਵਿਪਰ ਦੇ ਖੂਹ ਤੋਂ ਕੁੱਤਾ ਤੇ ਪਾਣੀ ਪੀ ਸਕਦਾ ਸੀ, ਪਰ ਨੀਵੀਂ ਜ਼ਾਤ ਵਾਲਾ ਸ਼ੂਦਰ ਨੂੰ ਕੋਈ ਅਧਿਕਾਰ ਨਹੀਂ ਸੀ ਵੀ ਉਹਦੇ ਖੂਹ ਤੋਂ ਪਾਣੀ ਪੀ ਸਕੇ। ਜ਼ਾਤਾਂ ਪਾਤਾਂ ਦਾ ਬੋਲਬਾਲਾ ਸੀ। ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਸਾਹਿਬ ਦੀ ਖੁਦਵਾਈ ਕਰਾਈ, ਜਿੱਥੇ ਪਾਣੀ ਦੀ ਕਿੱਲਤ ਸੀ, ਦਿੱਕਤ ਸੀ, ਉਹਨੂੰ ਦੂਰ ਕਰ ਦਿੱਤਾ। ਸਾਂਝੀਵਾਲਤਾ ਦੀ ਗੱਲ ਵੀ ਇਸ ਵਿੱਚ ਇਸ਼ਨਾਨ ਕਰੇ ਜਿੱਥੇ ਕੋਈ ਵਿਤਕਰਾ ਨਹੀਂ, ਇਹ ਸਾਂਝੀਵਾਲਤਾ ਦਾ ਪ੍ਰਤੀਕ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਤਾਂ ਪਾਤਾਂ ਦਾ ਵਖਰੇਵਾਂ ਖਤਮ ਕਰ ਦਿੱਤਾ, ਔਰ ਬੜੀ ਵੱਡੀ ਇਹ ਦਾਤ ਦਿੱਤੀ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ, ਸਰੋਵਰਾਂ ਨਾਲ ਜੋੜਿਆ, ਬੌਲੀ ਨਾਲ ਜੋੜਿਆ। ਭਾਵ ਕੀ ਸੀ? ਇਹ ਨਹੀਂ ਵੀ ਜਿੱਥੇ ਉੱਚੀ ਜਾਤ ਦਾ ਇਸ਼ਨਾਨ ਕਰ ਰਿਹਾ ਸ਼ੂਦਰ ਨੂੰ ਉੱਥੇ ਕੋਈ ਅਧਿਕਾਰ ਨਹੀਂ, ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਹ ਗੱਲ ਆਖੀ ਹੈ, ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਕਿੰਨੇ ਕੁ ਗੁਣ ਬਿਆਨ ਕਰੀਏ, ਇੱਕ ਨਹੀਂ ਅਨੇਕਾਂ। ਤੀਜੇ ਪਾਤਸ਼ਾਹ ਦੇ ਸਮਾਂ ਆਪਣੇ ਕੋਲ ਘੱਟ ਹੈ, ਸੱਤਵੇਂ ਪਾਤਸ਼ਾਹ ਦੇ ਜੀਵਨ ਤੇ ਵਿਚਾਰ ਕਰਨੀ ਹੈ। ਔਰ ਮਹਾਰਾਜ ਦੇ ਜੀਵਨ ਤੇ ਵਿਚਾਰ ਕਰਨੀ ਹੋਵੇ ਤੇ ਗੁਰੂ ਸਵਾਰਿਓ 10 ਦਿਨ ਵੀ ਘੱਟ ਘੱਟ ਨੇ। ਤੋ ਜਦੋਂ ਕਿਤੇ ਭੱਟ ਸਾਹਿਬਾਨ ਕਹਿੰਦੇ ਨਾ, ਉਹ ਕਹਿੰਦੇ ਆਪ ਨਰਾਇਣ ਕਲਾਧਾਰ, ਤੀਜੇ ਪਾਤਸ਼ਾਹ ਦੇ ਬਾਬਤ ਉਹਨਾਂ ਦਾ ਬਚਨ ਹੈ ਵੀ ਆਪ ਰੱਬ ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਆਇਆ ਰੱਬ ਗੁਰੂ ਅਮਰਦਾਸ ਸਾਹਿਬ ਦੇ ਰੂਪ ਵਿੱਚ। ਉਹ ਕਹਿੰਦੇ ਕੰਨ ਹਰ ਬੂੰਦ ਬਸੋ ਰੁਮਾਵਲ, ਵਰਖਾ ਦੀਆਂ ਪੈਂਦੀਆਂ ਹੋਣ ਕਣੀਆਂ, ਕੋਈ ਮੀਂਹ ਦੀਆਂ ਕਣੀਆਂ ਨੂੰ ਗਿਣ ਸਕਦਾ? ਨਹੀਂ, ਬਹੁਤ ਔਖਾ ਮੀਂਹ ਦੀਆਂ ਕਣੀਆਂ ਨੂੰ ਗਿਣਨਾ, ਨਹੀਂ ਗਿਣੀਆਂ ਜਾ ਸਕਦੀਆਂ। ਕੰਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣੰਤ ਨਾ ਆਵੇ, ਬਸੰਤ ਰੁੱਤ ਦੇ ਵਿੱਚ ਧਰਤੀ ਤੇ ਖਿੜੇ ਹੋਣ ਫੁੱਲ, ਫੁੱਲ ਉਹ ਨਹੀਂ ਗਿਣੇ ਜਾ ਸਕਦੇ, ਬਹੁਤ ਔਖੇ ਨੇ। ਕੁਸਮ ਬਸੰਤ ਗਣੰਤ ਨਾ ਆਵੇ, ਰਵ ਸਸ ਕਿਰਨ ਉਦਰ ਸਾਗਰ। ਗੁਰੂ ਸਵਾਰੇ ਕੋਈ ਸੂਰਜ ਦੀਆਂ ਕਿਰਨਾਂ ਗਿਣ ਸਕਦਾ? ਨਹੀਂ। ਆਕਾਸ਼ ਦੇ ਤਾਰੇ ਗਿਣਨੇ ਬਹੁਤ ਔਖੇ ਨੇ, ਨਹੀਂ ਗਿਣੇ ਜਾ ਸਕਦੇ। ਤੇ ਸਾਗਰ ਦੀਆਂ ਲਹਿਰਾਂ ਤਰੰਗਾਂ ਉਹ ਵੀ ਨਹੀਂ ਗਿਣੀਆਂ ਜਾ ਸਕਦੀਆਂ, ਬਹੁਤ ਔਖੀਆਂ ਨੇ। ਸਾਗਰ ਦੀਆਂ ਲਹਿਰਾਂ ਨੂੰ ਤਰੰਗਾਂ ਨੂੰ ਨਹੀਂ ਗਿਣਿਆ ਜਾ ਸਕਦਾ, ਆਕਾਸ਼ ਦੇ ਤਾਰੇ ਨਹੀਂ ਗਿਣੇ ਜਾ ਸਕਦੇ, ਸੂਰਜ ਦੀਆਂ ਕਿਰਨਾਂ ਨਹੀਂ ਗਿਣੀਆਂ ਜਾ ਸਕਦੀਆਂ, ਬਨਸਪਤੀ ਦੇ ਫੁੱਲ ਨਹੀਂ ਗਿਣੇ ਜਾ ਸਕਦੇ, ਵਰਖਾ ਦੀਆਂ ਕਣੀਆਂ ਨਹੀਂ ਗਿਣੀਆਂ ਜਾ ਸਕਦੀਆਂ, ਬਹੁਤ ਔਖੀਆਂ ਨੇ। ਭੱਟ ਸਾਹਿਬਾਨ ਕਹਿੰਦੇ ਇਹ ਵੀ ਗਿਣੀਆਂ ਜਾ ਸਕਦੀਆਂ ਨੇ, ਬਹੁਤੀ ਵੱਡੀ ਗੱਲ ਨਹੀਂ। ਕੰਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣੰਤ ਨਾ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਇਹਨਾਂ ਦਾ ਅੰਤ ਪਾ ਸਕਦਾ ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭੱਲੇ ਉਹਨਾਂ ਜੋ ਗਾਵੇ। ਕਹਿੰਦੇ ਸ਼ਿਵਜੀ ਵਰਗੀ ਸਮਾਧੀ ਲਾ ਕੇ ਗਿਣਤੀ ਹੋ ਸਕਦੀ ਹੈ ਇਹਨਾਂ ਦੀ, ਪਰ ਭੱਲੇ ਭੱਲਿਆਂ ਦੀ ਕੁੱਲ ਵਿੱਚ ਪੈਦਾ ਹੋਣ ਵਾਲੇ ਗੁਰੂ ਅਮਰਦਾਸ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਕੇਵਲ ਤੇ ਕੇਵਲ ਤੂੰ ਬਿਆਨ ਕਰ ਸਕਦਾ ਹੈ, ਤੇਰੇ ਗੁਣ ਤੇਰੀ ਬੇਅੰਤਤਾ ਕਥੀ ਨਹੀਂ ਜਾ ਸਕਦੀ। ਉਹਨਾਂ ਨੇ 17 ਰਾਗਾਂ ਵਿੱਚ ਬਾਣੀ ਉਚਾਰਨ ਕਰਕੇ ਸਾਡੀ ਝੋਲੀ ਦੇ ਵਿੱਚ ਬਹੁਤ ਵੱਡੀ ਦਾਤ ਪਾਈ। ਗੁਰੂ ਸਵਾਰਿਓ ਜਦੋਂ 7ਵੇਂ ਪਾਤਸ਼ਾਹ ਦੀ ਗੱਲ ਅਸੀਂ ਕਰਦੇ ਹਾਂ, ਜਿਵੇਂ ਇੱਥੇ ਰਾਮਕਲੀ ਕਲਵਾਰ ਵਿੱਚ ਆਖਿਆ, ਪਿਓ ਦਾਦੇ ਜੇ ਵਿਆਹ ਪੋਤਰਾ ਪ੍ਰਵਾਨ, ਪੋਤਾ ਪ੍ਰਵਾਨ ਹੋਇਆ ਪਿਓ ਤੇ ਦਾਦੇ ਵਰਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬਾਬਾ ਸੂਰਜਮਲ ਜੀ, ਬਾਬਾ ਗੁਰਦਿੱਤਾ ਜੀ, ਗੁਰੂ ਤੇਗ ਬਹਾਦਰ,
ਇਹ ਪੁੱਤਰ ਨੇ ਉਹਨਾਂ ਦੇ ਘਰ ਵਿੱਚ, ਪਰ ਜਿਹੜੀ ਗੁਰਤਾ ਗੱਦੀ ਦਿੱਤੀ ਹੈ ਉਹਨਾਂ ਨੇ ਉਹ ਪੋਤਰੇ ਨੂੰ ਦਿੱਤੀ ਹੈ। ਪੋਤਰੇ ਨੂੰ ਕਿਉਂ ਦਿੱਤੀ ਹੈ? ਕਿਉਂਕਿ ਇੱਕ ਗੱਲ ਚੇਤਾ ਰੱਖਿਓ, ਗੁਰਤਾ ਗੱਦੀ ਵਿਰਸੇ ਵਿੱਚ ਮਿਲਣ ਵਾਲੀ ਚੀਜ਼ ਨਹੀਂ, ਕਿਉਂਕਿ ਮਹਾਰਾਜ ਨੇ ਬਾਣੀ ਚ ਸਿੱਖਾਂ ਪੁੱਤਰਾਂ ਘੋਖ ਕੈ ਦੁਨਿਆਈ ਆਖੇ ਕੇ ਕਿਉਂ। ਦੁਨੀਆਂ ਦੇ ਲੋਕ ਕਹਿੰਦੇ ਨੇ ਇਹ ਕੀ ਕਰ ਦਿੱਤਾ ਗੁਰੂ ਨਾਨਕ ਸਾਹਿਬ ਨੇ, ਆਪਣੇ ਪੁੱਤਰਾਂ ਨੂੰ ਤੇ ਗੱਦੀ ਦਿੱਤੀ ਨਹੀਂ, ਉਹਨਾਂ ਨੇ ਸਿੱਖ ਨੂੰ ਦੇ ਦਿੱਤੀ, ਭਾਈ ਲੈਣੇ ਨੂੰ ਗੱਦੀ, ਪਰ ਸਿੱਖਾਂ ਪੁੱਤਰਾਂ ਘੋਖ ਕੈ ਐਨ ਘੋਖ ਕੀਤੀ ਪਹਿਲਾਂ ਸਿੱਖਾਂ ਵਿੱਚ ਵੀ ਤੇ ਪੁੱਤਰਾਂ ਵਿੱਚ। ਇੱਕ ਗੱਲ ਹੋਰ, ਜਿਹੜੀ ਗੁਰਤਾ ਗੱਦੀ ਹੈ ਨਾ ਇਹ ਵਿਰਸੇ ਚ ਮਿਲਣ ਵਾਲੀ ਚੀਜ਼ ਨਹੀਂ, ਇਹ ਉਹਨਾਂ ਨੂੰ ਮਿਲੀ ਜਿਹਨਾਂ ਨੂੰ ਮਹਾਰਾਜ ਕਹਿੰਦੇ ਨੇ ਦਾਤ ਜੋਤ ਖਸਮੈ ਵਡਿਆਈ। ਇਹ ਤੇ ਖਸਮ ਦੀ ਵਡਿਆਈ ਹੈ, ਦਾਤ ਦੀ ਤੇ ਜੋਤ ਦੀ ਉਹਨਾਂ ਨੂੰ ਮਿਲੀ ਜਿਹੜੇ ਧੁਰੁੰਨ ਮਾਜੇ ਗਏ। ਵੈਸੇ ਪ੍ਰਿਥੀ ਚੰਦ ਨੇ ਰੌਲਾ ਪਾਇਆ ਜਦੋਂ ਗੁਰੂ ਰਾਮਦਾਸ ਸਾਹਿਬ ਨੇ ਪੰਜਵੇਂ ਪਾਤਸ਼ਾਹ ਨੂੰ ਗੱਦੀ ਦਿੱਤੀ। ਉਹ ਕਹਿੰਦੇ ਜੀ ਇਹ ਧੱਕੇ ਨਾਲ ਲੈ ਗਏ, ਭੱਟਾ ਨੇ ਉਹ ਗੱਲ ਕਲੀਅਰ ਕੀਤੀ ਬਾਣੀ ਚ, ਕਹਿੰਦੇ ਧੱਕੇ ਨਾਲ ਨਹੀਂ ਨਹੀਂ, ਕਹਿੰਦੇ ਦੇਵਪੁਰੀ ਮੈਂ ਗਯੋ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦੀਓ ਸ਼੍ਰੀ ਗੁਰ ਤਹਿ ਬੈਠਾਇਓ, ਰਹੱਸ ਕੀਓ ਸੁਰਦੇਵ ਤੋਹੇ ਨਰ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ, ਕਾਟੇ ਸੋ ਪਾਪ ਤਿੰਨ ਨਰੋਂ ਕੇ, ਗੁਰ ਰਾਮਦਾਸ ਜਿਨ ਧਿਆਇਓ, ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕਉ ਦੇ ਆਇਓ। ਆਪ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਛਤਰ ਤੇ ਸਿੰਘਾਸਨ ਪੰਜਵੇਂ ਪਾਤਸ਼ਾਹ ਨੂੰ ਦਿੱਤਾ ਸੀ, ਧੱਕੇ ਨਾਲ ਗੱਦੀ ਨਹੀਂ ਲਈ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੋਤਰੇ ਹਰ ਰਾਏ ਸਾਹਿਬ ਨੂੰ ਗੱਦੀ ਦਿੱਤੀ। ਉਹਨਾਂ ਦਾ ਜਿਹੜਾ ਜਨਮ ਹੈ ਉਹ ਸੰਮਤ ਬਿਕਰਮੀ ਹੈ ਜਿਹੜਾ ਉਹ 1687 ਦੇ ਵਿੱਚ ਹੁੰਦਾ, ਈਸਵੀ ਸੰਨ 1630 ਦੇ ਵਿੱਚ, ਤੇ 1644 ਈਸਵੀ ਸੰਨ ਦੇ ਵਿੱਚ ਉਹਨਾਂ ਨੂੰ ਗੁਰਤਾ ਗੱਦੀ ਮਿਲਦੀ, 14 ਸਾਲਾਂ ਦੀ ਉਮਰ ਹੈ। ਤੇ ਜਿਹੜਾ ਸੰਮਤ ਹੈ ਗੁਰੂ ਸਵਾਰਿਓ ਉਹ ਸੰਮਤ ਹੈ 1701 ਸੰਮਤ ਵਿੱਚ ਉਹਨਾਂ ਨੂੰ ਗੁਰਤਾ ਗੱਦੀ ਮਿਲਦੀ ਹੈ, ਈਸਵੀ ਸੰਨ 1644 ਵਿੱਚ 14 ਸਾਲਾਂ ਦੀ ਉਮਰ ਹੈ ਤੇ ਗੁਰਤਾ ਗੱਦੀ। ਹੁਣ ਗੁਰਤਾ ਗੱਦੀ ਹੈ ਜਿਹੜੀ ਉਹ ਵਿਰਸੇ ਚ ਮਿਲਣ ਵਾਲੀ ਚੀਜ਼ ਨਹੀਂ, ਜਿੱਥੇ ਗੁਰੂ ਨਾਨਕ ਸਾਹਿਬ ਬਾਰੇ ਆਖੇ ਨਾ ਹੋਰਿਓਂ ਗੰਗ ਵਹਾਏ ਹੋਣ, ਵੀ ਗੁਰੂ ਨਾਨਕ ਸਾਹਿਬ ਨੇ ਉਲਟੀ ਗੰਗਾ ਵਹਾ ਦਿੱਤੀ। ਮੈਂ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ, ਦੁਨੀਆਂ ਦੇ ਇਤਿਹਾਸ ਚ ਗੁਰੂ ਸਵਾਰਿਓ ਪਹਿਲੀ ਵਾਰ ਹੋਇਆ ਵੀ ਕਿਸੇ ਗੁਰੂ ਨੇ ਸਿੱਖ ਦੇ ਚਰਨਾਂ ਤੇ ਝੁੱਕ ਕੇ ਨਮਸਕਾਰ ਕੀਤੀ ਹੋਵੇ। ਸਿੱਖੋ ਤੁਹਾਡਾ ਗੁਰੂ ਗੁਰੂ ਅੰਗਦ ਸਾਹਿਬ ਹੈ। ਕਿੱਡੀ ਕਮਾਲ ਦੀ ਗੱਲ ਹੈ, ਅੱਜ ਜਦੋਂ ਮੈਂ ਵੇਖਦਾ ਨਾ ਸਮਾਜ ਅੰਦਰ ਹਾਲਤ, ਅੱਜ ਕਿਸੇ ਸੰਸਥਾ ਦਾ ਮੁਖੀ ਉਹ ਮਰਨੀ ਤੇ ਮਰ ਜਾਂਦਾ ਹੈ ਪਰ ਆਪਣਾ ਅਹੁਦਾ ਛੱਡਣ ਵਾਸਤੇ ਤਿਆਰ ਨਹੀਂ, ਏਡਾ ਭੁੱਖ ਹੈ ਲਾਲਚ ਦੀ, ਲਾਲਚ ਹੈ ਏਡਾ ਚੌਧਰ ਦਾ। ਪਰ ਵੇਖੋ ਉਹਨਾਂ ਆਖਿਆ ਥਾਪਿਆ ਲਹਿਣਾ ਜੀਵਦਾ, ਜੋਤੀ ਜੋ ਸਮਾਉਣ ਤੋਂ ਬਾਅਦ ਨਹੀਂ ਜਿਉਂਦੇ ਜੀ, ਔਰ ਗੁਰਿਆਈ ਸਿਰ ਛਤਰ ਫਿਰਾਇਆ, ਇਹ ਦੁਨੀਆਂ ਦੇ ਇਤਿਹਾਸ ਚ ਪਹਿਲੀ ਵਾਰ। ਦੂਜੀ ਗੱਲ ਹੋਰ ਨੁਕਤੇ ਵਾਲੇ, ਇੱਕ ਹੈ ਇਲੈਕਸ਼ਨ ਤੇ ਦੂਜਾ ਸਿਲੈਕਸ਼ਨ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਲੈਕਸ਼ਨ ਨਹੀਂ, ਵੋਟਾਂ ਦੇ ਆਧਾਰ ਤੇ ਚੋਣ ਨਹੀਂ, ਸਿਲੈਕਸ਼ਨ ਹੋਈ ਗੁਣਾਂ ਦੇ ਆਧਾਰ ਤੇ ਚੋਣ ਹੋਈ, ਉਹ ਭਾਈ ਲੈਣੇ ਦੀ ਚੋਣ ਗੁਣਾਂ ਦੇ ਆਧਾਰ ਤੇ। ਜਿੰਨੀਆਂ ਪਾਤਸ਼ਾਹੀਆਂ ਦਾ ਇਤਿਹਾਸ ਪੜੋਗੇ ਤੁਸੀਂ ਗੁਣਾਂ ਦੇ ਆਧਾਰ ਤੇ ਚੋਣ ਹੈ ਉਹਨਾਂ, ਜਿੰਨਾ ਚਿਰ ਸਿੱਖ ਕੌਮ ਦੇ ਅੰਦਰ ਆਗੂਆਂ ਦੀ ਚੋਣ ਵੋਟਾਂ ਦੇ ਆਧਾਰ ਤੇ ਹੋਵੇਗੀ ਸਿੱਖੀ ਨਿਗਰਦੀ ਜਾਏਗੀ, ਘਾਟੇ ਚ ਜਾਏਗੀ, ਪਰ ਜਦੋਂ ਗੁਣਾਂ ਦੇ ਆਧਾਰ ਤੇ ਚੋਣ ਹੋਏਗੀ ਉਦੋਂ ਸਿੱਖੀ ਬੁਲੰਦੀਆਂ ਨੂੰ ਛੂਹੇਗੀ। ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵੰਦੈ, ਸ਼ੈ ਟਿੱਕਾ ਦਿੱਤੋ ਸਜੀਵੰਦੈ, ਗੁਰੂ ਨੇ ਆਪਣੇ ਚੇਲੇ ਅੱਗੇ ਨਮਸਕਾਰ ਕਰ ਦਿੱਤੀ ਏ, ਦੁਨੀਆਂ ਦੇ ਇਤਿਹਾਸ ਪਹਿਲੀ ਵਾਰ ਹੋਇਆ, ਸ਼ੈ ਟਿੱਕਾ ਦਿੱਤੋ ਸਜੀਵੰਦੈ, ਜਿਉਂਦੇ ਜੀ ਗੁਰਿਆਈ ਦਾ ਤਿਲਕ ਦਿੱਤਾ ਗਿਆ। ਅਸੀਂ ਕਈ ਵਾਰੀ ਨਾ ਇਸ ਤਰ੍ਹਾਂ ਕਹਿ ਦਿੰਦੇ ਹਾਂ ਗੁਰੂ ਨਾਨਕ ਦੀ ਸੱਤਵੀਂ ਜੋਤ, ਗੁਰੂ ਨਾਨਕ ਦੀ ਪੰਜਵੀਂ ਜੋਤ, ਗੁਰੂ ਨਹੀਂ ਜੋਤ ਨਾ ਸੱਤਵੀਂ ਹੈ ਨਾ ਪੰਜਵੀਂ ਹੈ, ਇਹ ਸਾਡੀ ਭੁੱਲ ਹੈ ਸੱਤਵੀਂ ਜੋਤ ਕਹਿਣਾ ਛੇਵੀਂ ਜੋਤ ਕਹਿਣਾ, ਨਾ ਜੋਤ ਇੱਕੋ ਹੈ। ਮਹਾਰਾਜ ਨੇ ਬਾਣੀ ਚ ਆਖਿਆ ਜੋਤ ਓਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟ, ਇਕੱਲੀ ਕਾਇਆ ਬਦਲੀ ਹੈ ਹੋਰ ਨਹੀਂ ਕੋਈ, ਜੋਤ ਓਹੀ ਜੁਗਤ ਵੀ ਓਹੀ ਗੁਰੂ ਨਾਨਕ ਸਾਹਿਬ। ਜਦੋਂ ਤਖਤ ਤੇ ਬੈਠਦੇ ਨਾ
ਗੁਰੂ ਹਰ ਰਾਏ ਸਾਹਿਬ 1644 ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਇੱਕੋ ਘਟਨਾ ਘਟੀ। ਗੁਰੂ ਬਣਨ ਤੋਂ ਪਹਿਲਾਂ ਅਜੇ ਛੋਟੇ ਸਨ ਉਮਰ ਵਿੱਚ, ਤੇ ਮੀਰੀ ਪੀਰੀ ਦੇ ਮਾਲਕ ਸੈਰ ਕਰ ਰਹੇ ਸਨ ਤੇ ਦਾਦੇ ਨਾਲ ਸੈਰ ਕਰਦਿਆਂ ਇੱਕ ਚੋਲੇ ਦੀ ਕੰਨੀ ਦੇ ਨਾਲ ਅੜ ਕੇ ਫੁੱਲ ਜਿਹੜਾ ਸੀ ਉਹ ਟੁੱਟ ਕੇ ਡਿੱਗ ਗਿਆ। ਹੁਣ ਜਦੋਂ ਫੁੱਲ ਟੁੱਟਾ ਤੇ ਕੋਲ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਏ, ਕਹਿੰਦੇ ਕਿਉਂ ਬੈਠੇ? ਪਤਾ ਲੱਗਾ ਵੀ ਫੁੱਲ ਟੁੱਟ ਗਿਆ। ਔਰ ਮਹਾਰਾਜ ਨੇ ਇੱਕ ਬੜਾ ਪਿਆਰਾ ਬਚਨ ਆਖਿਆ ਸੀ, ਕਹਿੰਦੇ ਵੀ ਜੇ ਜ਼ਿੰਮੇਵਾਰੀ ਭਾਰੀ ਹੋਵੇ ਤੇ ਫਿਰ ਐਵੇਂ ਇਸ ਬਾਣੇ ਦੇ ਨਾਲ ਜੁੜਿਆਂ ਨੂੰ ਨਹੀਂ ਤੋੜੀਦਾ, ਨਾਲੇ ਇਸ ਚੋਲੇ ਦਾ ਕੰਮ ਤੋੜਨਾ ਨਹੀਂ, ਚੋਲੇ ਦਾ ਕੰਮ ਜੋੜਨਾ ਹੈ। ਤੇ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਫੁੱਲ ਦੀ ਬਾਬਤ, ਉਹ ਕਹਿੰਦੇ ਡਾਲੀ ਨਾਲ ਤੋੜਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਦੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ। ਜੇ ਤੂੰ ਇੱਕ ਤੋੜ ਕੇ ਲੈ ਗਿਓ ਇੱਕ ਜੋਗਾ ਰਹਿ ਜਾਸਾਂ, ਉਹ ਵੀ ਭਲਕ ਝਲਕ ਦਾ ਮੇਲਾ, ਰੂਪ ਮਹਿਕ ਨਾ ਸਜਾਈ। ਕਹਿੰਦੇ ਫੁੱਲ ਵੀ ਕਹਿੰਦਾ ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਅਸਾਂ ਤੇ ਹੱਟੀ ਖੋਲੀ ਹੈ ਮਹਿਕ ਦੀ, ਟਾਣੀ ਨਾਲੋਂ ਨਾ ਤੋੜ। ਜੇ ਤੂੰ ਇੱਕ ਤੋੜ ਕੇ ਲੈ ਗਿਆ ਇੱਕ ਜੋਗਾ ਰਹਿ ਜਾਸਾਂ, ਜੇ ਤੂੰ ਇੱਕੋ ਲੈ ਗਿਆ ਤੇਰੇ ਜੋਗਾ ਰਹਿ ਜਾਂਗਾ, ਪਰ ਲੱਖ ਗਾਹਕ ਜੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ। ਜਿੰਨਾ ਚਿਰ ਮੈਂ ਆਪਣੇ ਅਸਲੇ ਨਾਲ ਜੁੜਿਆ, ਟਾਣੀ ਨਾਲ ਜੁੜਿਆ, ਵਜੂਦ ਨਾਲ ਜੁੜਿਆ, ਲੱਖਾਂ ਆ ਕੇ ਸੁੰਘਣ ਖਾਲੀ ਨਹੀਂ ਕੋਈ ਜਾਏਗਾ। ਲੱਖ ਗਾਹਕ ਦੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ। ਜੇ ਤੂੰ ਇੱਕ ਤੋੜ ਕੇ ਲੈ ਗਏ ਇੱਕ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕ ਦਾ ਮੇਲਾ, ਰੂਪ ਮਹਿਕ ਨਸ ਜਾਈ। ਉਹਨਾਂ ਆਖਿਆ ਇਹ ਚੋਲੇ ਦਾ ਕੰਮ ਤੋੜਨਾ ਨਹੀਂ ਜੋੜਨਾ, ਜੇ ਜ਼ਿੰਮੇਵਾਰੀ ਭਾਰੀ ਚੁੱਕ ਲਈਏ ਦਮਨ ਸੰਕੋਚ ਕੇ ਚੱਲੀ ਦਾ ਹੈ। ਇੱਕ ਫੁੱਲ ਟੁੱਟਿਆ ਔਰ ਉਹਨੇ ਗਹਿਰਾ ਅਸਰ ਪਾਇਆ। ਗੁਰੂ ਹਰ ਰਾਏ ਸਾਹਿਬ ਦਾ ਇਤਿਹਾਸ ਪੜ੍ਹ ਲਿਓ, ਉਹਨਾਂ ਨੇ ਫਿਰ ਕੋਈ ਫੁੱਲ ਟੁੱਟਣ ਨਹੀਂ ਦਿੱਤਾ। 52 ਬਾਗ ਕੀਰਤਪੁਰ ਸਾਹਿਬ ਦੀ ਧਰਤੀ ਤੇ ਲਵਾਏ। ਅੱਜ ਬਹੁਤ ਵੱਡੀ ਪੱਧਰ ਤੇ ਅਸੀਂ ਕਹਿ ਰਹੇ ਹਾਂ ਵਾਤਾਵਰਨ ਸਾਂਭੋ। ਗੁਰੂ ਹਰ ਰਾਏ ਸਾਹਿਬ ਦਾ ਗੁਰਤਾ ਗੱਦੀ ਦਿਵਸ ਹੈ ਜਿਹੜਾ, ਉਹ ਵਾਤਾਵਰਨ ਦਿਵਸ ਦੇ ਨਾਲ ਮਨਾਇਆ ਜਾਂਦਾ ਹੈ, ਜਿਹਨੂੰ ਮਹਾਰਾਜ ਨੇ ਬਾਣੀ ਚ ਆਖਿਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਗੁਰੂ ਸਵਾਰਿਓ 52 ਬਾਗ ਲਵਾਏ। ਮੈਡੀਕਲ ਸਾਇੰਸ ਪਤਾ ਕੀ ਮੰਨਦੀ ਹੈ? ਜੇ ਤੁਸੀਂ ਇੱਕ ਰੁੱਖ ਲਾਉਂਦੇ ਹੋ ਨਾ, ਇੱਕ ਰੁੱਖ ਇੱਕ ਸਾਲ ਦੇ ਵਿੱਚ 10 ਲੱਖ ਰੁਪਈਏ ਦੀ, ਇੰਡੀਅਨ ਕਰੰਸੀ ਦੇ ਮੁਤਾਬਕ 10 ਲੱਖ ਰੁਪਈਏ ਦੀ ਆਕਸੀਜਨ ਇੱਕ ਦਰਖਤ ਇੱਕ ਸਾਲ ਵਿੱਚ ਦਿੰਦਾ ਤੁਹਾਨੂੰ। ਗੁਰੂ ਸਾਹਿਬ ਨੇ 52 ਬਾਗ ਲਾਏ, ਫਿਰ ਉਹਨਾਂ ਨੇ ਉੱਥੇ ਚਿੜੀਆ ਘਰ ਬਣਾਇਆ, ਰੱਖ ਬਾਗ ਰੱਖ ਘਰ। ਸ਼ਿਕਾਰ ਖੇਡਣ ਜਾਂਦੇ ਨੇ, 2200 ਘੋੜ ਅਸਵਾਰ ਰੱਖਿਆ, ਪਰ ਜੇ ਉਹ ਜਾਂਦੇ ਨੇ ਕੋਈ ਜ਼ਖਮੀ ਹੁੰਦਾ ਜੀਵ ਜੰਤੂ ਉਹਨੂੰ ਲੈ ਕੇ ਆਉਂਦੇ ਨੇ, ਉਹਦੀ ਮੱਲਮ ਪੱਟੀ ਉਹਨਾਂ ਨੇ ਟੁੱਟਣ ਨਹੀਂ ਦਿੱਤਾ। ਫਿਰ ਕੋਈ ਫੁੱਲ, ਉਹ ਭਾਵੇਂ ਜਾਨਵਰਾਂ ਦੇ ਰੂਪ ਸੀ, ਉਹ ਭਾਵੇਂ ਪੰਛੀਆਂ ਦੇ ਰੂਪ ਸੀ, ਉਹਦੀ ਮੱਲਮ ਪੱਟੀ ਕਰਦੇ। ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਵੀ ਸਾਡੇ ਗੁਰੂ ਸਾਹਿਬਾਨ ਕਿੱਡਾ ਕੁਦਰਤ ਦੇ ਨੇੜੇ ਸਨ। ਉਹਨਾਂ ਨੇ ਮੱਛੀ ਦੇ ਗੁਣ ਵੇਖੇ, ਬਾਣੀ ਚ ਬਿਆਨ ਕਰ ਦਿੱਤੇ। ਮੈਂ ਦਾਅਵੇ ਨਾਲ ਕਹਿਣਾ ਵੀ ਜਿੰਨੇ ਅਸੀਂ ਤੁਸੀਂ ਬੈਠੇ ਹਾਂ ਅਸੀਂ ਕਦੀ ਹੰਸ ਵੇਖਿਆ ਨਹੀਂ ਹੋਣਾ। ਮਹਾਰਾਜ ਨੂੰ ਹੰਸ ਦੇ ਗੁਣ ਪਤਾ ਸਨ, ਉਹਨਾਂ ਨੇ ਬਾਣੀ ਚ ਦੱਸ ਦਿੱਤੇ। ਕਬੀਰ ਸਮੁੰਦਰ ਨਾ ਛੋੜੀਏ ਜੋ ਅਤ ਖਾਰੋ ਹੈ, ਤੁਹਾਨੂੰ ਨਹੀਂ ਪਤਾ ਹੋਣਾ ਵੀ ਸਮੁੰਦਰ ਦਾ ਪਾਣੀ ਖਾਰਾ ਹੁੰਦਾ, ਕਬੀਰ ਸਾਹਿਬ ਨੇ ਆਖਿਆ। ਉਹ ਕਿੱਡਾ ਕੁਦਰਤ ਦੇ ਜੀਵ ਜੰਤੂਆਂ ਦੇ ਨੇੜੇ ਸਨ, ਉਹਨਾਂ ਦੇ ਗੁਣ ਖੂਬੀਆਂ ਵੇਖੀਆਂ ਤੇ ਮਹਾਰਾਜ ਨੇ ਬਾਣੀ ਚ ਬਿਆਨ ਕਰ ਦਿੱਤੀ। ਗੁਰੂ ਹਰ ਰਾਏ ਸਾਹਿਬ ਜਿੱਥੇ ਕੁਦਰਤ ਨਾਲ ਪਿਆਰ ਕਰਦੇ ਸਨ, ਉੱਥੇ ਬਾਣੀ ਨਾਲ ਕਿੱਡਾ ਪਿਆਰ ਕਰਦੇ ਸਨ। ਜਦੋਂ ਕਿਤੇ ਬਾਦਸ਼ਾਹ ਔਰੰਗਜ਼ੇਬ ਮਹਾਰਾਜ ਨੂੰ ਸੱਦਾ ਭੇਜਦਾ ਵੀ ਤੁਸੀਂ ਆਓ ਆਪਣੀ ਥਾਂ ਤੇ ਆਪਣੇ ਹੋਣਹਾਰ ਪੁੱਤਰ ਬਾਬਾ ਰਾਮ ਰਾਏ ਸਾਹਿਬ ਨੂੰ ਭੇਜ, ਤੁਸੀਂ ਜਾਓ।
राम राय नूं ज्ञान घट नहीं सी, बहुत ज्ञान सी, बहुत हाजिर जवाबी सन और झट जवाब देंदे सन। महाराज ने भेजिया और एक गल कह के भेजी सी, याद रखी राम राय, सो सिख सखा बंदप है भाई, जे गुर के पाने में चले, जे गुरु दे पाने च चलेगा तू गुरु दा सखा संबंधी है, तू गुरु दा पुत्र है, तू गुरु दा सिख ते मित्र है। और जिन्ना चिर गुरु दे पाने च चलिया जवाब दिंदा रहे। औरंगजेब माड़ी मोटी गल नहीं, बहुत तगड़ा बादशाह सी, उन्हें वेख्या इन्ना गुणी क्यों ना होवे, ऐसे गुणी नूं इस्लाम च लै आंदा जाए। जो काजी मुल्ला मलाणिया ने देखा भी जे राम राय वर्गे इधर आ गए साडी पुछ प्रतीत नहीं होनी, क्यों ना होवे, बादशाह नूं उकसाया जाए। कहिंदे अज इहनूं पुछ, तुहाडी गुरु नानक साहिब दी बाणी विच लिखिआ है, मिट्टी मुसलमान की पेड़ा पई कुम्हार। कई वारी असीं कहिंदे आ जी पंक्ति बदल दित्ती, ना पंक्ति नहीं बदली, उहनें मुसल दी थां ते बेई कीता, इकल्ला दो अखर बदले, उहनें पंक्ति नहीं बदली, शब्द नहीं बदलिया, मुसल दी थां ते बेई कर दिता शब्द। वह कहिंदा जी तुहाडी कुरान च भी लिखिया है, आयता कहिंदियां ने भी बेईमान बंदा माड़ा है, बेईमान दी जिहड़ी मिट्टी है वह मरण तो बाद भी सड़दी है, उहनूं थां नहीं, मरण तो बाद भी जिउंदे जीवे, इत्थे बेईमान दी गल है। और तुसीं किते यूपी च जाओ, जिहड़ा देहरादून दा इलाका है ना, देहरादून दे इलाके यूपी दे विच बाबे राम राय दे नाम ते बहुत स्कूल ने, अज भी सरकार वालों चलाए जा रहे ने, क्योंकि सरकार ने जंगीर दे दित्ती सी, एजेंसियां सरकारां हमेशा ही सच दी करन गल करन वालियां विच पाड़ पा के उन्हां नूं अपने नाल गंढदियां और वरतदियां ने। इसे तरह बाबे राम राय नूं वरत्या गया, वह थिड़क गया, अपने भाणे जो चले भाई विछड़ चोटां खावे, जिहड़ा अपने भाणे चलदा विछड़ के चोटां खांदा। महाराज ने कह दिता राम राय नूं, कह दो मेरे मत्थे ना लगे, जिधर मूंह है तेरा उधर चला जा, मत्थे नहीं लाए, एडा सरकार बाणी। जे किते महाराज सिंघासन ते ने विराजमान, एक जथा आया संगती रूप विच गुरबाणी दा कीर्तन करदा हुंदा, शब्द पढ़दा हुआ, महाराज जदों उन्होंने शब्द सुनिया ना, कन्नी बड़ी छेती दे नाल उठे ते पलंग दा पावा उन्हां दे गोडे ते वज्जा ते गोडे ते सट लग गई। सिखां ने पुछया महाराज एडी की काली सी, तुसीं हौली उठ पैंदे, सिखी आ रहे सन गोडे ते सट लवा रहे, बड़ी कमाल दी गल। गुरु सवारे मेरे गुरु नूं शरीरक सत्तां प्रवान ने, कदी बाबे दातू ने तीजे पातशाह नूं लत मार के सिंघासन तों हेठां सुट दित्ता सी, ते उन्हां ने आखिया सी मैं बजुर्ग हो गया, मेरा शरीर बिरद है, एक ते बै ते बिरद भयो हो, दुतिया सेवा करत रहे हो, एक ते मेरी उम्र वडेरी हो गई है, हड्डियां कठोर ने लकड़ दी तरह, दूजा मैं सेवा करदा रहा, किते तुहाडे कोमल चरणां नूं सट ते नहीं लगदी मेरे शरीर नाल ठोकर वज के। उन्होंने आख्या सी शरीरक सट मैनू प्रवान है, कोई गल नहीं, भावे दातू ने आसन तो सुट दिता लत मार के, जीवन मारी लत दी केड़ा सुत्ता कुबर कुफारी, मक्के दी धरती ते गुरु नानक साहिब नूं जीवन काजी ने आके लत मारी, तू ते काफर है, रब दे घर वल लत्तां करके पिया, उत्थे जीवन काजी ने लत मारी, गुरु नानक साहिब ने शरीरक सट प्रवान कर लई। पर जिदन गुरु नानक साहिब दे सिद्धांत नूं सट मारी बाबे राम राय ने, उदन पुत्तर नूं आख्या सी नहीं मैनू शरीरक सट्टां ते प्रवान ने, सिखां नूं ही आख्या सी, पर बाबे नानक दे सिद्धांत ते सट वजी प्रवान नहीं। एडा सत्कार उन्हां ने गुरबाणी दा कीता और सारी जिंदगी सारा जीवन। फिर महाराज दे दरबार विच दवाखाना है, ओ दवाखाना माड़ी मोटी गल नहीं, बादशाह बादशाह शाहजहान हिंदुस्तान दा और बादशाह दे पुत्र दा इलाज, इतिहासकारां शब्द वरतिया वलायत, इंग्लैंड तो भी उहदा इलाज नहीं होया, पर ओ गज मोती हरड लौंग गुरु हर राय साहिब दे दवाखाने विचों मिलदा, बादशाह दे पुत्र दा इलाज गुरु हर राय साहिब दे दरबार घर विच दवाखाने विचों। ਇਹ ਸੱਤਵੇਂ ਪਾਤਸ਼ਾਹ ਦਾ ਜੀਵਨ ਸੀ ਔਰ ਗੁਰੂ ਸਵਾਰਿਓ ਸਤਿਗੁਰੂ ਦੇ ਪਿਆਰੇ ਸਿੱਖਾਂ ਨੇ ਦਿੱਲੀ ਨੂੰ ਫਤਿਹ ਕੀਤਾ 1783 ਈਸਵੀ ਵਿੱਚ। ਵੈਸੇ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਨਾ,
1765 ਤੋਂ ਲੈ ਕੇ 1787 ਤੱਕ 22 ਸਾਲ ਬਣਦੇ ਨੇ 1765 ਤੋਂ 1787 ਤੱਕ ਸਿੱਖਾਂ ਨੇ 15 ਵਾਰ ਦਿੱਲੀ ਨੂੰ ਜਿੱਤਿਆ 15 ਵਾਰ 22 ਸਾਲਾਂ ਚ ਪਰ ਜਿਹੜੀ ਸਭ ਤੋਂ ਅਹਿਮ ਤੇ ਵੱਡੀ ਜਿੱਤ ਹੈ ਦਿੱਲੀ ਫਤਿਹ ਦਿਵਸ ਜੋ 1783 ਈਸਵੀ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਸਰਦਾਰ ਬਘੇਲ ਸਿੰਘ ਜੱਸਾ ਸਿੰਘ ਰਾਮਗੜੀਆ ਰਾਏ ਸਿੰਘ ਵਰਗੇ ਐਸੇ ਸਿਰਕੱਢ ਯੋਧਿਆਂ ਨੇ ਜਿੱਥੇ ਦਿੱਲੀ ਨੂੰ ਜਾ ਕੇ ਫਤਿਹ ਕੀਤਾ ਉੱਥੇ ਉਹਨਾਂ ਨੇ ਆਪਣੀ ਫੌਜ ਲਾ ਦਿੱਤੀ ਜਿੱਥੇ ਅਜਮੇਰੀ ਗੇਟ ਤੁਸੀਂ ਅੱਜ ਵੀ ਦਿੱਲੀ ਜਾਓ ਅਜਮੇਰੀ ਗੇਟ 5000 ਫੌਜ ਉੱਥੇ ਲਾਈ ਮਜਨੂ ਕੇ ਟਿੱਲੇ ਲਿਜਾ ਕੇ 5000 ਫੌਜ ਲਾ ਦਿੱਤੀ ਉਹ ਗੁਰੂ ਕੇ ਪਿਆਰੇ ਸਿੱਖਾਂ ਨੇ ਤੁਸੀਂ ਅੱਜ ਵੀ ਦਿੱਲੀ ਤੇ ਜਾਓ ਉੱਥੇ ਮੋਰੀ ਗੇਟ ਕਾਹਦੇ ਤੋਂ ਨਾਮ ਪਿਆ ਮੋਰੀ ਗੇਟ ਜਦੋਂ ਦਿੱਲੀ ਨੂੰ ਫਤਿਹ ਕਰਕੇ ਤੇ ਲਾਲ ਕਿਲੇ ਗਏ ਕਸ਼ਮੀਰੀ ਗੇਟ ਵਾਲੇ ਪਾਸੇ ਅੰਦਰ ਵੜਨ ਦਾ ਰਸਤਾ ਨਹੀਂ ਸੀ ਸਿੱਖਾਂ ਨੇ ਲਾਲ ਕਿਲੇ ਦੀ ਕੰਧ ਵਿੱਚ ਪਾੜ ਪਾ ਦਿੱਤਾ ਪਾੜ ਪਾ ਕੇ ਅੰਦਰ ਦਾਖਲ ਹੋ ਗਏ ਜਿਹੜਾ ਸ਼ਾਹ ਆਲਮ ਦੂਜਾ ਸੀ ਉਹ ਜਾ ਕੇ ਲੁਕ ਗਿਆ ਦੌੜ ਗਿਆ ਲਾਲ ਕਿਲੇ ਦੇ ਵਿੱਚੋਂ ਬਾਦਸ਼ਾਹ ਸੀ ਉਹ ਕਦੀ ਉਸੇ ਤਖਤ ਦੇ ਉੱਪਰ ਬੈਠਦਾ ਸੀ ਬਾਦਸ਼ਾਹ ਸ਼ਾਹ ਜਹਾਨ ਔਰੰਗਜ਼ੇਬ ਫਰਕਸ਼ੀਅਰ ਬਹਾਦਰ ਸ਼ਾਹ ਵਰਗੇ ਬੈਠੇ ਸ਼ਾਹ ਆਲਮ ਬੈਠਾ ਦੌੜ ਗਿਆ ਸਤਿਗੁਰੂ ਦੇ ਸਿੱਖ ਅੰਦਰ ਦਾਖਲ ਉਹ ਮੋਰੀ ਉਹਨਾਂ ਨੇ ਬੰਦ ਨਹੀਂ ਕਰਨ ਦਿੱਤੀ ਉਹਦਾ ਨਾਮ ਰੱਖ ਦਿੱਤਾ ਮੋਰੀ ਗੇਟ ਅੱਜ ਔਰ ਸਿੱਖਾਂ ਨੇ ਲਾਲ ਕਿਲੇ ਦੇ ਉੱਪਰ ਖਾਲਸਾਈ ਨਿਸ਼ਾਨ ਚਲਾ ਦਿੱਤਾ ਇੱਕ ਬੇਗਮ ਸੀ ਸਮਰੂ ਬੇਗਮ ਮੁਸਲਮਾਨ ਸੀ ਜਿਹੜੀ ਰਾਜਨੀਤੀ ਦੇ ਵਿੱਚ ਬਹੁਤ ਮਹਾਰਤ ਰੱਖਦੀ ਸੀ ਉਹਨੇ ਸ਼ਾਹ ਆਲਮ ਨੇ ਜਾ ਕੇ ਉਹ ਸਮਰੂ ਬੇਗਮ ਨੂੰ ਆਖਿਆ ਮੇਰਾ ਸਿੱਖਾਂ ਦੇ ਨਾਲ ਸਮਝੌਤਾ ਕਰਾ ਦੇ ਪਰ ਸਿੱਖਾਂ ਨੇ ਆਖਿਆ ਵੀ ਜਿਹੜਾ ਸ਼ਰਨ ਵਿੱਚ ਆ ਜਾਂਦਾ ਹੈ ਸਾਡੇ ਗੁਰੂ ਦਾ ਸੁਭਾਅ ਹੈ ਵੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ ਉਹਨੇ ਆਖਿਆ ਮੈਂ ਸਿੱਖਾਂ ਨੂੰ ਆਪਣੇ ਵੱਲੋਂ 37 ਪੈਸੇ ਉਹਨਾਂ ਸਮਿਆਂ ਦੇ ਵਿੱਚ ਨਜ਼ਰਾਨੇ ਵਜੋਂ ਦਿਆਂਗਾ ਸਿੱਖਾਂ ਨੇ ਆਖਿਆ ਜੇ ਸਾਡੇ ਨਾਲ ਸੰਬੰਧ ਰੱਖਣਾ ਚਾਹੁੰਦਾ ਹੈ ਪਰ ਇੱਕ ਗੱਲ ਹੈ ਅਸੀਂ ਦਿੱਲੀ ਦੀ ਧਰਤੀ ਤੇ ਆਪਣੇ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਅਸਥਾਨ ਬਣਾਉਣੇ ਚਾਹੁੰਦੇ ਹਾਂ ਸਰਦਾਰ ਬਘੇਲ ਸਿੰਘ ਦੀ ਅਗਵਾਈ ਦੇ ਵਿੱਚ 8 ਮਹੀਨਿਆਂ ਦੇ ਵਿੱਚ 7 ਗੁਰਦੁਆਰੇ ਸਾਹਿਬਾਨ ਸੀਸ ਗੰਜ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਮਜਨੂ ਕਾ ਟਿੱਲਾ ਗੁਰਦੁਆਰਾ ਰਕਾਬਗੰਜ ਸਾਹਿਬ ਗੁਰਦੁਆਰਾ ਬਾਲਾ ਸਾਹਿਬ ਇਤਿਹਾਸਿਕ 7 ਗੁਰਦੁਆਰੇ 8 ਮਹੀਨਿਆਂ ਦੇ ਵਿੱਚ ਸਿੱਖਾਂ ਨੇ ਦਿੱਲੀ ਦੀ ਧਰਤੀ ਤੇ ਉਸਾਰ ਦਿੱਤੇ ਜਾਂਦਿਆਂ ਜਾਂਦਿਆਂ ਫਿਰ ਜੱਸਾ ਸਿੰਘ ਆਲੂਵਾਲੀਏ ਨੂੰ ਤਖ਼ਤ ਤੇ ਬਿਠਾਇਆ ਗਿਆ ਔਰ ਸੁਲਤਾਨ ਉਲ ਕੌਮ ਦਾ ਖਿਤਾਬ ਦਿੱਤਾ ਗਿਆ ਸਿੱਖਾਂ ਨੇ ਉਹ ਸਿੱਲ ਪੁੱਟ ਲਈ ਜੱਸਾ ਸਿੰਘ ਰਾਮਗੜੀਏ ਦੇ ਕਹਿਣ ਤੇ ਲਿਆ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਾਮਗੜੀਏ ਬੁੰਗੇ ਦੇ ਵਿੱਚ ਰੱਖ ਦਿੱਤੀ ਇਹ ਸੀ ਜੋ ਸਿੱਖਾਂ ਨੇ ਦਿੱਲੀ ਫਤਿਹ ਕੀਤੀ ਗੁਰੂ ਹਰਿਰਾਏ ਸਾਹਿਬ ਜੀ ਦੇ ਔਰ ਤੀਜੇ ਪਾਤਸ਼ਾਹ ਦੇ ਜੀਵਨ ਇਤਿਹਾਸ ਮੁਤਲਕ ਵਿਚਾਰਾਂ ਸਮੇਂ ਦੀ ਸਮਾਪਤੀ ਹੈ ਸਮੇਂ ਦੀ ਅਵੱਗਿਆ ਕਰਨੀ ਮੇਰਾ ਸੁਭਾਅ ਨਹੀਂ ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਗਿਆਨੀ ਗੁਰਚੇਤਨ ਸਿੰਘ ਜੀ ਜਿਨ੍ਹਾਂ ਨੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀਆਂ ਅਮੋਲਕ ਘਟਨਾਵਾਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਕੁਝ ਕੌਤਕ ਅਤੇ ਦਿੱਲੀ ਫਤਿਹ ਦਿਵਸ ਇਸ ਵੀਕ ਦੇ 3 ਦਿਹਾੜੇ ਨੇ ਪ੍ਰਮੁੱਖ ਤੇ ਤਿੰਨਾਂ ਦਿਹਾੜਿਆਂ ਉੱਤੇ ਗਿਆਨੀ ਜੀ ਨੇ ਸੰਖੇਪ ਵਿੱਚ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਹਨ ਬਹੁਤ ਬਹੁਤ ਧੰਨਵਾਦ ਪੰਥ ਦਾ ਮਹਾਨ